ਖਾਲਸੇ ਦੇ ਸਾਜਣਾ ਦਿਵਸ ਮੌਕੇ ਐਨੀਮਲ ਸੇਵਾ ਸੰਘ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੋੜ ਤੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾਕਟਰ ਭਾਰਤ ਭੂਸ਼ਣ ਛਾਬੜਾ, ਮੈਡਮ ਡਾਕਟਰ ਸੰਗੀਤਾ ਛਾਬੜਾ, ਡਾਕਟਰ ਡੀ ਕੇ ਸ਼ਰਮਾ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੇ ਪੂਰੇ ਸਰੀਰ ਦੀ ਜਾਂਚ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੰਘ ਦੇ ਪ੍ਰਧਾਨ ਪਵਨ ਕੁਮਾਰ, ਜਨਰਲ ਸੈਕਟਰੀ ਮੈਡਮ ਕ੍ਰਾਂਤੀ ਕਿਰਤੀ ਅਤੇ ਜੁਆਇੰਟ ਸੈਕਟਰੀ ਕਰਨਵੀਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਮਾਨਵਤਾ ਦੇ ਭਲੇ ਲਈ ਪਹਿਲਾਂ ਵੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ। ਇਹ ਜਿਹੜਾ ਕੈਂਪ ਹੈਗਾ ਹੈ, ਅਸੀਂ ਇੱਕ ਨਿਸ਼ਕਾਮ ਸੇਵਾ ਦੇ ਥਰੂ, ਠੀਕ ਹੈ ਨਾ, ਇੱਕ ਮਨ ਦੇ ਵਿੱਚ ਅੱਛੀ ਭਾਵਨਾ ਜਾਗੇ ਸਭ ਦੇ, ਉਹਦੇ ਲਈ ਅਸੀਂ ਇਹ ਕੰਮ ਸ਼ੁਰੂ ਕੀਤਾ ਹੈਗਾ ਹੈ, ਜਿਹਦੇ ਵਿੱਚ ਅਸੀਂ ਲੋਕ ਫ੍ਰੀ ਦਵਾਈਆਂ ਦੇ ਰਹੇ ਹਾਂ, ਫ੍ਰੀ ਚੈੱਕਅਪ ਦੇ ਰਹੇ ਹਾਂ, ਔਰ ਜਿਹੜੀਆਂ ਹੈਗੀਆਂ ਬੋਡੀ ਦੇ ਕਿਹੜੇ ਟੈਸਟ ਹੈਗੇ ਨੇ, ਸਾਰੀ ਬੋਡੀ ਦੇ ਫੁੱਲ ਟੈਸਟ, ਉਹ ਵੀ ਬਿਲਕੁਲ ਫ੍ਰੀ ਔਫ ਕੋਸਟ ਦੇ ਰਹੇ ਹਾਂ, ਤਾਂ ਕਿ ਲੋਕ ਜਿਹੜੇ ਜਾਗਰੂਕ ਹੋਣ ਆਪਣੇ ਹੈਲਥ ਦੇ ਪ੍ਰਤੀ। ਹੈਲਥ ਅੱਛੀ ਹੋਏਗੀ ਤਾਂ ਹੀ ਜ਼ਿੰਦਗੀ ਅੱਛੀ ਹੋਏਗੀ, ਖੂਬਸੂਰਤ ਹੋਏਗੀ। ਸੰਸਥਾ ਕੋਈ 3 ਸਾਲ ਤੋਂ ਤਕਰੀਬਨ ਕੰਮ ਕਰ ਰਹੀ ਹੈ, ਔਰ ਘੱਟ ਤੋਂ ਘੱਟ ਇਹ 15-16 ਕੈਂਪ ਹੁਣ ਤੱਕ ਲਗਾ ਚੁੱਕੀ ਹੈ। ਅਤੇ ਆਪਾਂ ਇੱਕ ਫ੍ਰੀ ਕੈਂਪ ਲਗਾਇਆ ਗਿਆ ਆਲਮਗੀਰ ਰੋਡ ਦੇ ਉੱਤੇ, ਅਤੇ ਅਸੀਂ ਸਾਡੇ ਜਿਹੜੇ ਡਾਕਟਰ ਸਾਹਿਬ ਪਵਨ ਜੀ ਨੇ ਬਹੁਤ ਹੀ ਸੇਵਾ ਕਰਦੇ ਆ ਰਹੇ ਨੇ ਬਹੁਤ ਹੀ ਟਾਈਮ ਤੋਂ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਦੂਰ ਦੂਰ ਜਾ ਕੇ ਅਸੀਂ ਫ੍ਰੀ ਕੈਂਪ ਲਗਾਇਆ ਜਾਵੇ, ਅਤੇ ਜੋ ਕਿ ਜਿਹੜੇ ਭਟਕੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਬਿਮਾਰੀਆਂ ਬਾਰੇ, ਜਿਹੜੀਆਂ ਅਲੱਗ ਅਲੱਗ ਬਿਮਾਰੀਆਂ ਨੇ, ਉਹਨਾਂ 'ਤੇ ਫ੍ਰੀ ਦਵਾਈ ਦਿੱਤੀ ਜਾਂਦੀ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।